ਰੋਹਤਾਂਗ ਟਨਲ ਦੇ 2 ਕਿਲੋਮੀਟਰ ਦੇਖ ਸਕਦੇ ਤੁਸੀਂ ਬਰਫ਼ ਦੇ ਪਹਾੜ। ਮਿੱਤਰੋ ਅਟਲ ਟਨਲ ਕਰ ਲਈ ਪਾਰ ਵਾਪਸ ਆਉਂਦੇ ਵੇਲੇ। ਗੁੱਡ ਮੋਰਨਿੰਗ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਆਪਾਂ ਇਸ ਟਾਈਮ ਖੜ੍ਹੇ ਹਾਂ ਮਨਾਲੀ ਦੇ ਥੋੜ੍ਹੀ ਜਿਹੀ ਪਿੱਛੇ, ਕਿਉਂਕਿ ਰਾਤ ਹੋ ਗਏ ਅਤੇ ਕਾਫੀ ਲੇਟ ਅਤੇ ਮੌਸਮ ਵੀ ਜ਼ਿਆਦਾ ਖਰਾਬ ਹੋ ਗਿਆ। ਤਾਂ ਫਿਰ ਮੈਂ ਸੋਚਿਆ ਮੈਂ ਯਾਰ ਇੱਥੇ ਸਟੇਅ ਕਰ ਲੈਂਦਾ ਕਿਧਰੇ, ਕਿਉਂਕਿ ਤੁਹਾਨੂੰ ਪਤਾ ਇਹ ਪਹਾੜੀ ਰਸਤਾ ਹੈ ਅਤੇ ਬਾਈਕ ਉੱਪਰ ਰਿਸਕ ਤਾਂ ਹੈ ਥੋੜ੍ਹਾ ਬਹੁਤਾ। ਫਿਰ ਆਪਾਂ ਰਾਤ ਵੀ ਰੁਕੇ ਅਤੇ ਇਹ ਰੂਮ ਹੈ ਆਪਣਾ, ਬਾਹਰ ਦਾ ਵਿਊ ਤੁਸੀਂ ਦੇਖ ਸਕਦੇ ਹੋ, ਇਹ ਬਾਹਰ ਦਾ ਵਿਊ ਹੈ ਜੀ। ਆਪਾਂ ਹੁਣ ਨਹਾ ਧੋ ਕੇ ਰੇਡੀ ਹੋ ਚੁੱਕੇ, ਚਾਹ ਵਗੈਰਾ ਮੈਂ ਪੀ ਲਈ, ਹੁਣ ਮੈਂ ਨਿਕਲਣ ਲੱਗਿਆ ਇੱਥੇ ਅਤੇ ਮਨਾਲੀ ਲਈ। ਠੀਕ ਹੈ ਜੀ, ਮਿਲਦੇ ਤੁਹਾਨੂੰ ਰਸਤੇ ਮੈਂ ਕਰਾਉਂਦੇ ਹਾਂ ਮਨੋਰੰਜਨ, ਰਸਤੇ ਮੈਂ ਜੋ ਵੀ ਤੁਹਾਨੂੰ ਵਿਊ ਆਉਂਗੇ ਤੁਹਾਨੂੰ ਸਾਰੇ ਦਿਖਾਉਂਗੇ। ਐਂਡ ਮਿਲਦੇ ਆ ਮਨਾਲੀ ਪਹੁੰਚ ਕੇ। ਠੀਕ ਹੈ, ਓਕੇ, ਬਾਏ ਬਾਏ। ਪੁੱਜ ਗਿਆ ਹੁਣ ਆਪਣਾ ਅਟਲ ਟਨਲ ਮਨਾਲੀ। ਆਪਾਂ ਨੇ ਕਰਤਾ ਕਰੋਸ ਅਤੇ ਪੁੱਜਣੇ ਵਾਲੇ ਅਟਲ ਟਨਲ ਦੇ 20 ਕਿਲੋਮੀਟਰ ਪਿੱਛੇ ਖੜ੍ਹੇ ਆ। ਚਾਹ ਵਗੈਰਾ ਪੀ ਰਿਹਾ, ਠੰਡ ਬਹੁਤ ਹੈ, ਫਿਰ ਸੋਚਿਆ ਚਾਹ ਦਾ ਘੱਟ ਪੀਂਦੇ ਆ, ਫਿਰ ਨਿਕਲਦੇ ਇੱਥੇ ਅਤੇ ਉਸ ਤੋਂ ਬਾਅਦ ਚੱਲਦੇ ਆ ਅੱਗੇ ਅਟਲ ਟਨਲ। ਅਟਲ ਟਨਲ ਪਾਰ ਕਰਕੇ ਜਾਊਂਗੇ ਰੋਹਤਾਂਗ ਪਾਸ, ਚੀਜ਼ ਤੁਹਾਨੂੰ ਦਿਖਾਊਂਗੇ ਅੱਜ ਸਾਰਾ ਮਾਹੌਲ, ਲੋਕ ਨੂੰ ਤੱਕ ਜ਼ਰੂਰ ਦੇਖਣਾ। ਲਓ ਜੀ ਮਿੱਤਰੋ, ਅਸੀਂ ਪੁੱਜ ਗਏ, ਪੁੱਜਣੇ ਵਾਲੇ ਆ ਰੋਹਤਾਂਗ ਪਾਸ ਪੁੱਜਣੇ ਵਾਲੇ ਆ, ਅਤੇ ਹੁਣ ਲੱਗੇ ਆਪਾਂ ਕਰਨ ਬ੍ਰੇਕਫਾਸਟ। ਮੈਂ ਥੋੜ੍ਹਾ ਬਹੁਤ ਪੇਟ ਪੂਜਾ ਕਰ ਲਈ ਕਿਉਂਕਿ ਭੁੱਖ ਲੱਗੀ ਬਹੁਤ, ਫਿਰ ਅੱਗੇ ਪਤਾ ਨਹੀਂ ਕੁਝ ਖਾਣੇ ਨੂੰ ਮਿਲਣਾ ਪਤਾ ਨਹੀਂ ਮਿਲਣਾ, ਇਸ ਕਰਕੇ ਜਲਦੀ ਜਲਦੀ ਕਰਦੇ ਬ੍ਰੇਕਫਾਸਟ, ਬ੍ਰੇਕਫਾਸਟ ਕਰਕੇ ਫਿਰ ਨਿਕਲਦੇ ਉੱਥੇ ਛੇਤੀ ਯਾਰ। ਇਹ ਅੰਕਲ ਕਹਿ ਰਹੇ ਜੀ ਪਰੌਂਠਾ ਤਿਆਰ ਆਪਣਾ, ਆਲੂ ਪਿਆਜ਼ ਵਾਲਾ ਪਰੌਂਠਾ ਦੇਖ ਸਕਦੇ ਆ ਤੁਸੀਂ। ਅੰਕਲ ਕਿਹੜੀ ਜਗ੍ਹਾ, ਕੌਣ ਸੀ ਜਗ੍ਹਾ ਪਈ ਹੈ? ਸਲਾਂਗ ਵੈਲੀ ਹੈ ਨਾ, ਇਹ ਸਲਾਂਗ ਵੈਲੀ ਹੈ ਮੈਂ ਵੀ ਯਹਾਂ ਪੇ, ਇਹ ਸਲਾਂਗ ਵੈਲੀ ਹੈ ਪ੍ਰੋਪਰ ਦੇਖ ਸਕਦੇ ਹੋ ਜੀ। ਪੁੱਜ ਗਏ ਅਸੀਂ ਸਲਾਂਗ ਵੈਲੀ ਇਸ ਟਾਈਮ, ਅਤੇ ਹੁਣ ਖਾ ਰਹੇ ਪਰੌਂਠਾ, ਪਰੌਂਠਾ ਖਾ ਕੇ ਇੱਥੇ ਨਿਕਲਦੇ ਆ ਫਿਰ ਛੇਤੀ ਛੇਤੀ ਆਪਣਾ ਅਗਲੀ ਮੰਜ਼ਿਲ ਦੀ ਤਰਫ। Thank you.
ਲਓ ਜੀ ਦੋਸਤੋ, ਅਸੀਂ ਪੁੱਜ ਗਏ ਰੋਹਤਾਂਗ ਟਨਲ ਦੇ 2 ਕਿਲੋਮੀਟਰ ਪਿੱਛੇ ਖੜ੍ਹੇ ਆ। ਤੁਸੀਂ ਵਿਊਜ਼ ਦੇਖ ਸਕਦੇ ਹੋ ਪਿੱਛੇ ਕਿਆ ਘੈਂਟ ਨਜ਼ਾਰਿਆ, ਠੰਡੀ ਠੰਡੀ ਹਵਾ ਚੱਲ ਰਹੀ ਹੈ ਅਤੇ ਬਰਫ਼ਬਾਰੀ ਪੂਰੀ ਹੋਈ ਵੀ ਹੈ ਅਤੇ ਰਸਤੇ ਪੂਰੇ ਖੁੱਲ੍ਹੇ ਓਪਨ ਐਨ। ਚੰਗੀ ਬਾਈਕ 'ਤੇ ਆਓ, ਚਾਹੇ ਤੁਸੀਂ ਗੱਡੀ 'ਤੇ ਆਓ, ਗੱਡੀ 'ਤੇ ਥੋੜ੍ਹਾ ਜਿਹਾ ਜਾਮ ਲੱਗਦਾ, ਟਾਈਮ ਜ਼ਿਆਦਾ ਲੱਗ ਜਾਂਦਾ, ਪਰ ਬਾਈਕ 'ਤੇ ਆਉਂਗੇ ਤਾਂ ਜ਼ਿਆਦਾ ਛੇਤੀ ਪੁੱਜੋਗੇ। ਦੇਖ ਸਕਦੇ ਤੁਸੀਂ ਪਿੱਛੇ ਵਿਊ। ਲਓ ਜੀ, ਆਪਾਂ ਹੁਣ ਨਿਕਲਣ ਲੱਗੇ ਹਾਂ ਅਟਲ ਟਨਲ ਕੋਲ ਅਤੇ 2 ਕਿਲੋਮੀਟਰ ਪਿੱਛੇ ਖੜ੍ਹੇ, ਤੁਹਾਨੂੰ ਦੱਸਿਆ ਤਾਂ ਪਹਿਲੇ ਮੈਂ, ਹੁਣ ਆਪਾਂ ਇੱਥੇ ਨਿਕਲਣ ਲੱਗੇ ਅਟਲ ਟਨਲ ਕੋਲ ਜਾ ਕੇ ਤੁਹਾਨੂੰ ਦੱਸਦੇ ਅੱਗੇ ਦਾ ਮਾਹੌਲ ਕਿਆ ਹੈ। ਤੁਹਾਨੂੰ ਦੱਸਦੇ ਬਰਫ਼ਬਾਰੀ ਬਹੁਤ ਹੀ ਜ਼ਿਆਦਾ ਹੈ ਪਰ ਠੰਡ ਇੰਨੀ ਨਹੀਂ ਹੈ, ਤੁਸੀਂ ਨੋਰਮਲ ਕੱਪੜੇ ਮਾਰ ਸਕਦੇ, ਕੋਈ ਖਾਸ ਕੱਪੜੇ ਲੈਣ ਦੀ ਜ਼ਰੂਰਤ ਵੀ ਨਹੀਂ ਤੁਹਾਨੂੰ। ਠੀਕ ਹੈ ਜੀ, ਮਿਲਦੇ ਹਾਂ ਹੁਣ ਅਟਲ ਟਨਲ ਕੋਲ ਜਾ ਕੇ ਤੁਹਾਨੂੰ। Knew you'd fit me like a glove the day I fell in love with the way you said my name. I know it sounds crazy, baby, try to understand me, please do. Ooh, ooh, ooh. I knew you'd fit me like a glove the day I fell in love with the pictures in my head. I know it sounds crazy. ਮੈਂ ਪੁੱਛ ਗਿਆ ਅਟਲ ਟਨਲ ਦੇ 1.5 ਕਿਲੋਮੀਟਰ ਪਿੱਛੇ ਖੜਿਆ, ਤੁਸੀਂ ਵਿਊ ਦੇਖ ਸਕਦੇ ਹੋ, ਕਿਆ ਤਕੜਾ ਵਿਊ ਆ ਯਾਰ, ਜਿਹੜੇ ਨਜ਼ਾਰੇ ਆ ਰਹੇ ਆ ਯਾਰ, ਜਿਹੜਾ ਸਕੂਨ ਉਰੇ ਮਿਲ ਰਿਹਾ ਨਾ ਪਹਾੜਾਂ 'ਚ, ਕਿਧਰੇ ਸਕੂਨ ਨਹੀਂ ਮਿਲਣਾ ਤੁਹਾਨੂੰ ਇਹ। ਇੱਕ ਵਾਰ ਜ਼ਰੂਰ ਆਇਓ ਯਾਰ ਤੁਸੀਂ ਅਟਲ ਟਨਲ ਰੋਹਤਾਂਗ ਤੱਕ, ਜ਼ਰੂਰ ਆਇਓ ਇੱਕ ਵਾਰ, ਆ ਕੇ ਨਜ਼ਾਰਾ ਦੇਖਿਓ, ਕਿਆ ਨਜ਼ਾਰਾ ਯਾਰ, ਵਾਹ ਯਾਰ ਕਿਆ ਨਜ਼ਾਰੇ ਆ, ਪਹਾੜ ਦੇਖ ਸਕਦੇ ਬਰਫ਼ 'ਤੇ ਤੁਸੀਂ ਉੱਪਰ, ਇੰਨਾ ਖੂਬਸੂਰਤ ਨਜ਼ਾਰਾ ਯਾਰ ਇੱਥੇ ਹੀ। ਹਜੇ ਅੱਗੇ ਜਾ ਕੇ ਪਤਾ ਨਹੀਂ ਕਿੰਨਾ ਖੂਬਸੂਰਤ ਨਜ਼ਾਰਾ ਹੋਣਾ, ਦੇਖ ਸਕਦੇ ਤੁਸੀਂ। ਹੁਣ ਆਪਾਂ ਨਿਕਲਦੇ ਇੱਥੇ ਅਤੇ ਅਟਲ ਟਨਲ ਪਾਰ ਕਰਕੇ ਤੁਹਾਨੂੰ ਮਿਲਦੇ ਆ। ਠੀਕ ਹੈ ਜੀ, ਓਕੇ, ਬਾਏ ਬਾਏ। Fit me like a glove the day I fell in love with a dream of me and you. I know it sounds crazy, baby, try to understand me, please do. Ooh, ooh, ooh. And I really don't mind waiting as long. ਇਹ ਆ ਜੀ ਅਟਲ ਟਨਲ ਰੋਹਤਾਂਗ ਦਾ ਨਜ਼ਾਰਾ। ਲਓ ਜੀ, ਮੈਂ ਪੁੱਜ ਗਿਆ ਹੁਣ ਅਟਲ ਟਨਲ ਦੇ ਕੋਲ, ਇੱਥੋਂ ਸਟਾਰਟ ਹੋਣੀ ਆ ਅਟਲ ਟਨਲ, ਜਿਹੜੀ ਕਿ ਅਟਲ ਟਨਲ ਪਾਰ ਕਰਕੇ ਆਪਣਾ ਪੁੱਜਣੀ ਆ, ਫਿਰ ਆਪਾਂ ਪੁੱਜ ਜਾਵਾਂਗੇ ਸੀਸੂ। ਦੇਖ ਸਕਦੇ ਤੁਸੀਂ ਨਜ਼ਾਰਾ ਅਟਲ ਟਨਲ ਦਾ, ਬਰਫ਼ਬਾਰੀ ਪਿੱਛੇ ਦੇਖ ਸਕਦੇ, ਉੱਪਰ ਨਜ਼ਾਰਾ ਇੰਨਾ ਖੂਬਸੂਰਤ ਨਜ਼ਾਰਾ ਯਾਰ, ਕਿਆ ਮਜ਼ਾ ਆ ਰਿਹਾ ਪੂਰਾ ਘੁੰਮ ਕੇ। ਇੱਕ ਵਾਰ ਆ ਕੇ ਦੇਖਿਓ ਸਵਾਦ ਕਿਆ ਆਉਂਦਾ। ਬਾਈਕ 'ਤੇ ਆਇਓ, ਕੱਪੜੇ ਲਿਆਇਓ ਪਤਲੇ ਪਾ ਕੇ, ਮੜੀ ਠੰਡੇ ਵੀ ਲੱਗੇ ਮਹਿਸੂਸ ਹੋਵੇ ਕਿ ਹਾਂ ਨਾਲਾ ਕੱਢ 'ਤੇ ਆਇਆ, ਗਰਮੀ ਲੱਗ ਰਹੀ ਆ। ਦੇਖ ਸਕਦੇ ਤੁਸੀਂ ਕਿਆ ਕਹਿਣਾ ਮਾਹੌਲ ਆ। Cause every time I see you, life goes by. The moon, the stars, the fireflies, they light. It seems as if the world stopped turning round and round. Oh, since I found you. Cause every time I see you, life goes bright. Like daytime in the middle of the night. It feels as if my mind stopped wandering round and round. Oh, since I found you.
ਲੋ ਵੀ ਮਿੱਤਰੋ ਦੇਖ ਸਕਦੇ ਹੋ, ਅਸੀਂ ਪੁੱਜ ਚੁੱਕੇ ਹਾਂ ਹੁਣ ਰੋਹਤਾਂਗ ਟਨਲ ਕਰ ਲਈ ਪਾਰ। ਠੰਡ ਤੁਹਾਨੂੰ ਦੱਸ ਨਹੀਂ ਸਕਦਾ ਮੈਂ, ਠੰਡ ਯਾਰ ਮੇਰੇ ਹੱਥ ਵੀ ਕੰਬ ਰਹੇ, ਕੈਮਰਾ ਵੀ ਕੰਬ ਰਿਹਾ ਹੱਥ 'ਚ, ਇੰਨੀ ਠੰਡ ਆ ਇਸ ਟਾਈਮ ਉਰੇ ਰੋਹਤਾਂਗ ਟਨਲ ਪਾਰ ਕਰਕੇ। ਬਾਕੀ ਪਿੱਛੇ ਤਾਂ ਕੋਈ ਜ਼ਿਆਦਾ ਖਾਸ ਠੰਡ ਨਹੀਂ ਹੈ, ਤੁਸੀਂ ਦੇਖ ਸਕਦੇ ਪਿੱਛੇ ਬਰਫ਼ ਦਾ ਵਿਊ ਵੀ, ਖੂਬ ਨਜ਼ਾਰਾ ਬਹੁਤ ਖੂਬਸੂਰਤ ਆ। ਦੇਖਦੇ ਅੱਗੇ ਸੀਸੂ ਚੱਲਦਾ, ਸੀਸੂ ਚੱਲ ਕੇ ਦੇਖਦੇ ਕੋਈ ਕਮਰਾ ਵਗੈਰਾ ਮਿਲਦਾ ਹੈ ਸਸਤਾ, ਤਾਂ ਉੱਥੇ ਰਹਿੰਦੇ ਨੇ, ਫਿਰ ਵਾਪਸ ਚੱਲਦੇ ਮੁੜ ਕੇ, ਕਿਉਂਕਿ ਇੰਨੀ ਠੰਡ ਮੈਂ ਅਸੀਂ ਸਰਵਾਈਵ ਨਹੀਂ ਕਰ ਸਕਦੇ। ਦੇਖ ਸਕਦੇ ਤੁਸੀਂ ਵਿਊ ਪਿੱਛੇ, ਲੋ ਜੀ ਮਿੱਤਰੋ ਦੇਖ ਸਕਦੇ ਤੁਸੀਂ ਬਰਫ਼ ਦੇ ਪਹਾੜ। ਇਹ ਆਪਣਾ ਲੋਕੇਸ਼ਨ ਤੁਹਾਡੀ ਅਟਲ ਟਨਲ ਦੇ, ਅਟਲ ਟਨਲ ਕਰੋਸ ਕਰਕੇ ਸੀਸੂ ਦੇ 6 ਕਿਲੋਮੀਟਰ ਪਿੱਛੇ ਦੀ ਲੋਕੇਸ਼ਨ, ਜਿੱਥੇ ਹੁਣ ਤੁਹਾਨੂੰ ਬਰਫ਼ਬਾਰੀ ਵਧੀਆ ਮਿਲ ਜਾਣੀ, ਠੰਡ ਵੀ ਵਧੀਆ ਹੈ, ਅਤੇ ਬਾਕੀ ਨਜ਼ਾਰੇ ਆ ਖੂਬਸੂਰਤ ਏਰੀਆ ਹੈ, ਤੁਹਾਨੂੰ ਫੋਟੋਗ੍ਰਾਫੀ ਵੀ ਕਰ ਸਕਦੇ, ਇੱਥੇ ਹੋਟਲ ਵਗੈਰਾ ਜਾ ਕੇ ਉੱਥੇ ਵੀ ਮਿਲ ਸਕਦੇ ਹੈ, ਠੀਕ ਹੈ ਜੀ। ਅਤੇ ਇੰਨੀ ਠੰਡ ਦੀ ਹੈ ਬਿਨਾਂ, ਠੰਡ ਨੋਰਮਲ ਹੈ, ਬਰਫ਼ਬਾਰੀ ਰਸਤੇ ਖੁੱਲ੍ਹੇ ਵਧੀਆ ਹੈ, ਜਿੱਦਾਂ ਮਰਜ਼ੀ ਆਓ ਇੰਜੋਏ ਕਰੋ, ਕੋਈ ਚੱਕਰ ਨਹੀਂ। ਲੋ ਵੀ ਮਿੱਤਰੋ ਹੁਣ ਲੱਗਿਆ ਸੀ ਆਪਾਂ ਨਿਕਲਣ ਦੁਬਾਰੇ ਮਨਾਲੀ ਵਾਸਤੇ, ਕਿਉਂਕਿ ਠੰਡ ਬਹੁਤ ਹੈ ਇੱਥੇ ਯਾਰ, ਤਾਂਬਾ ਚੜ੍ਹ ਗਿਆ ਵਾ, ਠੰਡ ਚੜ੍ਹ ਗਈ ਵੀ, ਚਾਹ ਚੂਹ ਪੀ ਲਈ ਅਤੇ ਹੋ ਗਏ ਗਰਮ, ਹੁਣ ਨਿਕਲਦੇ ਹੌਲੀ ਹੌਲੀ ਵਾਪਸੀ, ਮਨਾਲੀ ਜਾ ਕੇ ਤੁਹਾਨੂੰ ਮਿਲਦੇ ਆ ਸਰ, ਬਾਕੀ ਦੱਸ ਦਿਆ ਅੱਗੇ ਗੱਲਬਾਤ, ਠੀਕ ਹੈ। ਮਾਹੌਲ ਬੜਾ ਵਧੀਆ, ਤੁਸੀਂ ਆ ਸਕਦੇ ਆ, ਖੂਬਸੂਰਤ ਇਲਾਕਾ ਹੈ, ਠੰਡ ਠੁੰਡ ਘੱਟੇ, ਆਪਣੇ ਨੋਰਮਲ ਕੱਪੜਿਆਂ ਵੀ ਆ ਸਕਦੇ, ਕੋਈ ਚੱਕਰ ਵਾਲੀ ਗੱਲ ਨਹੀਂ। ਟਨਲ ਕਰ ਲਈ ਪਾਰ ਵਾਪਸ ਆਉਂਦੇ ਵੇਲੇ, ਅਤੇ ਆਪਾਂ ਮੁੜੇ ਆਏ ਹੁਣ ਰੋਹਤਾਂਗ ਵਾਸਤੇ ਮੁੜੇ ਆਏ, ਕਿਉਂਕਿ ਯਾਰ ਅੱਗੇ ਜਿਹੜਾ ਮੌਸਮ ਥਾ ਬੜਾ ਹੀ ਠੰਡਾ ਥਾ, ਫਿਰ ਮੈਂ ਸੋਚਿਆ ਮੈਂ ਕਿਹਾ ਹੁਣ ਵਾਪਸ ਚੱਲਦੇ ਹਾਂ, ਕਿਉਂਕਿ ਯਾਰ ਠੰਡ ਬਹੁਤ ਹੈ, ਕੱਪੜੇ ਲੀੜੇ ਦਾ ਜੁਗਾੜ ਆਪਾਂ ਨੋਰਮਲੀ ਕਰਕੇ ਆਏ ਹੋਏ, ਤਾਂ ਜਿੱਥੇ ਤੱਕ ਜਾ ਸਕੇ ਜਾ ਜਾਂਦਾ, ਤੁਹਾਨੂੰ ਦਿਖਾ ਤਾ ਜਿੰਨਾ ਕੁ ਦਿਖਾ ਸਕਦਾ ਥਾ, ਕਿਉਂਕਿ ਅੱਗੇ ਜਾਣੇ ਦਾ ਆਪਣੇ ਵਾਸਤੇ ਬਾਹਰ ਤਾਂ ਕੱਪੜੇ ਚਾਹੀਦੇ, ਦੋਵੇਂ ਹੀਟਿੰਗ ਗਲਵਸ ਚਾਹੀਦੇ, ਤਾਂ ਹੀਟਿੰਗ ਸਾਰੇ ਸੂਟ ਚਾਹੀਦੇ, ਤਾਂ ਆਪਾਂ ਅੱਗੇ ਜਾ ਸਕਦੇ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਆਹ ਦੇਖ ਸਕਦੇ ਹੋ ਤੁਸੀਂ ਖੂਬਸੂਰਤ ਪਹਾੜੀਆਂ, ਅਤੇ ਇਹ ਨਜ਼ਾਰਾ ਜਿਹੜਾ ਤੁਹਾਨੂੰ ਵਾਰ ਵਾਰ ਕਦੇ ਨਹੀਂ ਮਿਲਣਾ, ਜੋ ਮੈਂ ਤੁਹਾਨੂੰ ਦਿਖਾ ਰਿਹਾ। ਵਲੋਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਯਾਰ, ਕਿਉਂਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਚੀਜ਼ਾਂ ਦਿਖਾਉਂਗੇ ਸ਼ਾਇਦ, ਆਉਣ ਵਾਲੇ ਟਾਈਮ 'ਚ ਤੁਹਾਨੂੰ ਮੈਂ ਲੇਹ ਲਦਾਖ ਦੀਆਂ ਕੁਛ ਐਸੀਆਂ ਜਗ੍ਹਾ ਦਿਖਾਵਾਂ ਜਿੱਥੇ ਜਿਹੜੀ ਚੀਜ਼ ਤੁਸੀਂ ਕਦੇ ਦੇਖੀ ਨਾ ਹੋਵੇ, ਨਾ ਕਿਸੇ ਨੇ ਦਿਖਾਈ ਹੋਵੇ, ਠੀਕ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਮਾਹੌਲ ਇੱਥੇ ਦਾ, ਦੇਖ ਸਕਦੇ ਦੋਸਤੋ ਪਹਾੜ ਬਰਫ਼ ਦੇ ਬੜੇ ਬੜੇ, ਬੜੇ ਹੀ ਖੂਬਸੂਰਤ ਨਜ਼ਾਰਾ ਹੈ, ਪਰ ਇਹ ਦਿੱਕਤ ਆ ਰਹੀ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ, ਠੰਡ ਦੀ ਵਜ੍ਹਾ 'ਤੇ ਦਿੱਕਤ ਇਸ ਕਰਕੇ ਆ ਰਹੀ ਹੈ, ਸਾਨੂੰ ਦਿੱਕਤ ਹੋ ਰਹੀ ਹੈ ਕਿਉਂਕਿ ਕੱਪੜੇ ਲੀੜੇ ਦਾ ਜੁਗਾੜ ਆਪਣੇ ਉਹ ਘੱਟੇ ਆ, ਠੀਕ ਹੈ। ਬਾਕੀ ਹੁਣ ਮਿਲਦੇ ਆ ਨੀਚੇ ਪਹੁੰਚ ਕੇ, ਮਨਾਲੀ ਪਹੁੰਚ ਕੇ, ਸ਼ਾਇਦ ਆਪਾਂ ਇਸ ਤੋਂ ਬਾਅਦ ਚੱਲੀਏ ਮਨੀਕਰਨ, ਮਨੀਕਰਨ ਵੀ ਮੈਂ ਕਿਹਾ ਮੱਥਾ ਟੇਕ ਕੇ ਆਉਂਗੇ ਨਾਲ ਦੀ ਨਾਲ, ਅਤੇ ਬਾਕੀ ਸਾਨੂੰ ਚਲੋ ਅੱਗੇ ਮਿਲਦੇ ਆ ਰਾਸਤੇ ਮੈਂ ਜੋ ਵੀ ਕਰੂੰਗਾ ਤੁਹਾਨੂੰ ਦੱਸੂੰਗਾ, ਚਲੋ ਠੀਕ ਹੈ।
ਕਰਕੇ ਅਤੇ ਕੱਲ੍ਹ ਨੂੰ ਦਿਖਾਊਂਗੇ ਤੁਹਾਨੂੰ ਮਨੀ ਕਰਨ ਦਾ ਵਿਊ, ਅਤੇ ਅੱਗੇ ਜੋ ਵੀ ਆਪਾਂ ਕਰੂੰਗੇ ਤੁਹਾਨੂੰ ਸਾਰਾ ਦੱਸਦੇ ਰਹੂੰਗੇ ਨਾਲ ਦੀ ਨਾਲ, ਜੋ ਵੀ ਜਿੱਥੇ ਵੀ ਹੁਣ ਜਾਊਂਗੇ ਘੁੰਮਣ। ਬਾਕੀ ਇਸ ਟਾਈਮ ਗਏ ਅਸੀਂ ਪੂਰੇ ਥੱਕ, ਕਿਉਂਕਿ ਰੋਹਤਾਂਗ ਪਾਸ ਜਾ ਕੇ ਘੁੰਮ ਫਿਰ ਕੇ ਐਨ ਤਸੱਲੀ ਨਾਲ ਅਸੀਂ ਵਾਪਸ ਵੀ ਆ ਗਏ। ਆਪਾਂ ਚੱਲਦੇ ਹਾਂ, ਠੀਕ ਹੈ ਜੀ, ਓਕੇ ਬਾਏ, ਮਿਲਦੇ ਹਾਂ ਥੋੜ੍ਹੀ ਦੇਰ ਬਾਅਦ।